यकीन करो मैं कदे शुभदीप की समेस्टर की फीस कदे तनखाह चो जां कदों भरी नहीं सी। मैं जो खेती का पैसा मेरा आड़तीए कोल जमा हो जाता तो जदों इन्हें पैसे मंगने पापा फीस लेके जानी मैं कहना पुत आड़तीआ बैठा ले जा जिन्हें चाहिए है। एक तो उन्हें कदे फजूल खर्ची नहीं की, दूजा उदों पैसा खर्च हुंदा ही नहीं सी। तो करोड़ों रुपए कमाने वाला बच्चा भी जदों अपने मापे नूं कहिंदा बापू दे 5000 रुपये मैं शहर जाना या मैं कोई चीज़ लेके आनी है, कि बड़ा 28 साल का होकर चला गया, उन्हें अपनी जेब च पर्स नहीं रखी। कल्ली मौत हुई होंगी, मैं इनू परमात्मा का हुक्म है ना, जो सह मिले उ अपन मिलते जिमें वह साडे विच रहिंदा सी। अमलिया वांगू तोड़ लगती है जो सच जान के मेरे भैन भरा सारे जगह ते मैं जगह मारदा, मैं लगता है कि तेरा खुद ते बैठा। एक बारी मैं उन्हूं बिना दसे आके स्टूडेंट गैलरी च बैठ गया सी, क्योंकि मैनू नहीं लगता सी भी तू कलाकार है या कुछ गा भी लैंदा, क्योंकि मेरे सामने नहीं गाउंदा सी। ते मैं जदों उन्हूं इत्थे परफॉर्म करदे नूं वेख्या मैनू भी माड़ी मन च खुशी हुई भी वाकई जे मेहनत कर रहे हैं तो इहदे च कला तां हैगी है। गायकी दे नाल नाल जिथे उन्हें कुछ होर प्रता भी पाईआं, तुसीं सारे यूथ बैठे हो, मापिआं दे नाल जुड़ के रहना तां कोई शुभदीप तों सिख सकदा। ਵੀਰੋ ਅਸੀਂ ਕੋਈ ਲੈਂਡਲੋਰਡ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ। ਮੈਂ 5-7 ਕਿੱਲੇ ਵਾਲਾ ਇੱਕ ਸਧਾਰਨ ਵਿਅਕਤੀ ਸੀ ਔਰ ਮੇਰਾ ਵਿਸ਼ਵਾਸ ਸੀ ਵੀ ਜਦੋਂ ਮੈਂ ਮਿਹਨਤ ਦੇ ਨਾਲ ਬੱਚੇ ਨੂੰ ਪੜ੍ਹਾਊਂਗਾ ਤਾਂ ਇਹ ਜ਼ਰੂਰ ਕਾਮਯਾਬ ਹੋਊਗਾ। ਯਕੀਨ ਕਰਿਓ ਮੈਂ ਕਦੇ ਸ਼ੁਭਦੀਪ ਦੀ ਸਮੈਸਟਰ ਦੀ ਫੀਸ ਕਦੇ ਤਨਖਾਹ ਚੋ ਜਾਂ ਕਦੋਂ ਭਰੀ ਨਹੀਂ ਸੀ। ਮੈਂ ਜੋ ਖੇਤੀ ਦਾ ਪੈਸਾ ਮੇਰਾ ਆੜਤੀ ਕੋਲ ਜਮ੍ਹਾਂ ਹੋ ਜਾਂਦਾ ਤਾਂ ਜਦੋਂ ਇਹਨੇ ਪੈਸੇ ਮੰਗਣੇ ਪਾਪਾ ਫੀਸ ਲੈ ਕੇ ਜਾਣੀ ਮੈਂ ਕਹਿੰਦਾ ਪੁੱਤ ਆੜਤੀਆ ਬੈਠਾ ਲੈ ਜਾ ਜਿੰਨੇ ਚਾਹੀਦੇ ਹੈ। ਉਹਦੇ 'ਚ ਮੇਰਾ ਇੱਕ ਮੋਟਿਵ ਹੁੰਦਾ ਸੀ ਵੀ ਇੱਕ ਤਾਂ ਇਹਨੂੰ ਇਹ ਪਤਾ ਲੱਗੂਗਾ ਵੀ ਜੋ ਮੈਂ ਪੈਸੇ ਫੜ ਕੇ ਲੈ ਕੇ ਜਾ ਰਿਹਾ ਮੇਰੇ ਪਿਓ ਦਾ ਕਰਜ਼ ਹੈ। ਉਹ ਚੀਜ਼ ਨੇ ਇੰਨਾ ਉਹਦੀ ਵਿਅਕਤੀਗਤ ਜ਼ਿੰਦਗੀ 'ਤੇ ਪ੍ਰਭਾਵ ਪਾਇਆ। ਇੱਕ ਤਾਂ ਉਹਨੇ ਕਦੇ ਫਜ਼ੂਲ ਖਰਚੀ ਨਹੀਂ ਕੀਤੀ, ਦੂਜਾ ਉਦੋਂ ਪੈਸਾ ਖਰਚ ਹੁੰਦਾ ਹੀ ਨਹੀਂ ਸੀ। ਕਰੋੜਾਂ ਰੁਪਏ ਕਮਾ ਕੇ ਵੀ ਤੁਸੀਂ ਦੇਖੋ ਜਦੋਂ ਹੁਣ ਉਹਦੀ 29-5 ਨੂੰ ਮੌਤ ਹੁੰਦੀ ਹੈ ਤਾਂ ਸਾਡਾ 4 ਤਰੀਕ ਤੋਂ ਉੱਤੋਂ ਵਿਸ਼ਵ ਟੂਰ ਸੀ ਜਿਹੜਾ 1.25 ਕਰੋੜ ਰੁਪਏ ਉਹਦਾ ਸ਼ੋਅ ਦੀ ਪ੍ਰਾਈਜ਼ ਸੀ। ਤਾਂ ਕਰੋੜਾਂ ਰੁਪਏ ਕਮਾਉਣ ਵਾਲਾ ਬੱਚਾ ਵੀ ਜਦੋਂ ਆਪਣੇ ਮਾਪੇ ਨੂੰ ਕਹਿੰਦਾ ਬਾਪੂ ਦੇ 5000 ਰੁਪਏ ਮੈਂ ਸ਼ਹਿਰ ਜਾਣਾ ਜਾਂ ਮੈਂ ਕੋਈ ਚੀਜ਼ ਲੈ ਕੇ ਆਉਣੀ ਹੈ ਔਰ ਕਿਹੜਾ ਮੰਗ ਕੇ ਪੈਸੇ ਲੈਣੇ ਹੈ ਔਰ ਆ ਕੇ ਜੋ ਹੈ ਉਵੇਂ ਜਿਵੇਂ ਮੁੱਠੀ 'ਚ ਦੇ ਦੇਣਾ ਆਹ ਬੱਚਾ ਫੜ ਲਾ। ਉਹ ਜਦੋਂ ਮੈਨੂੰ ਕਹਿੰਦਾ ਵੀ ਜਦੋਂ ਮੇਰੇ ਕੋਲ ਤੁਰਿਆ ਫਿਰਦਾ ਏਟੀਐਮ ਹੈਗਾ ਮੈਨੂੰ ਪਰਸ ਰੱਖਣ ਦੀ ਕੀ ਲੋੜ ਹੈ। 28 ਸਾਲ ਦਾ ਹੋ ਕੇ ਚਲਾ ਗਿਆ, ਉਹਨੇ ਆਪਣੀ ਜੇਬ 'ਚ ਪਰਸ ਨਹੀਂ ਰੱਖਿਆ। ਇਹ ਉਹਦਾ ਸੁਭਾਅ ਸੀ। ਰਾਤ ਨੂੰ 12 ਵਜੇ ਆਵੇ 1 ਵਜੇ ਆਵੇ ਮੈਂ ਜਦੋਂ ਆਪਣੇ ਕਮਰੇ 'ਚ ਪਿਆ ਉਹਨੇ ਪਹਿਲਾਂ 15 ਮਿੰਟ ਮੇਰੇ ਨਾਲ ਪੈਣਾ, ਫਿਰ ਆਪਦੀ ਮਾਂ ਨਾਲ ਬੈਠਾ ਜਾ ਕੇ ਇਹਦੇ ਰੋਟੀ ਪਾਣੀ ਪਵਾਉਣੀ। ਬਸ ਸਵੇਰੇ ਜਦੋਂ ਉੱਠਣਾ ਮਾਤਾ ਨੇ ਚਾਹ ਲੈ ਕੇ ਜਾਣੀ, ਚਾਹ ਭਰੇ ਰੱਖਦੇ ਪਹਿਲਾਂ ਮੇਰੀ ਕੁੱਕਰ 'ਚ 15 ਮਿੰਟ ਨਾਲ ਜਿਵੇਂ ਕੋਈ ਛੋਟੇ ਬੱਚੇ ਸੌਂਦੇ ਆ, ਮਤਲਬ ਇਹ ਉਹਦਾ ਨਿੱਜੀ ਰੋਜ਼ ਦਾ ਸੁਭਾਅ ਸੀ। ਸੋ ਵੀਰੋ ਇਸ ਕਰਕੇ ਜੇ ਇਕੱਲੀ ਮੌਤ ਹੋਈ ਹੁੰਦੀ ਮੈਂ ਇਹਨੂੰ ਪਰਮਾਤਮਾ ਦਾ ਹੁਕਮ ਹੈ ਨਾ, ਜੋ ਸਾਹ ਮਿਲਿਆ ਉਹੀ ਆਪਾਂ ਨੂੰ ਮਿਲਦੇ ਨੇ। ਪਰ ਜਿਸ ਤਰ੍ਹਾਂ ਦਾ ਉਹਦਾ ਵਤੀਰਾ ਸੀ, ਜਿਵੇਂ ਉਹ ਸਾਡੇ ਵਿੱਚ ਰਹਿੰਦਾ ਸੀ, ਅਮਲੀਆਂ ਵਾਂਗੂ ਤੋੜ ਲੱਗਦੀ ਹੈ ਜੇ ਸੱਚ ਜਾਣ ਕੇ ਮੇਰੇ ਭੈਣ ਭਰਾ ਨੂੰ ਸਾਰੇ। ਬਹੁਤ ਔਖਾ ਇੱਕ ਪਲ ਵੀ ਕੱਟਣਾ ਉਹਦੇ ਬਗੈਰ। ਮੈਂ ਜਦੋਂ ਦਾ ਆਇਆ ਇੱਥੇ ਘੱਟੋ ਘੱਟ 8-10 ਵਾਰੀ ਭਾਵਕ ਹੋ ਗਿਆ। ਮੈਂ ਜਦੋਂ ਜਿਸ ਜਗ੍ਹਾ 'ਤੇ ਮੈਂ ਜਗ੍ਹਾ ਮਾਰਦਾ ਮੈਨੂੰ ਉਹ ਲੱਗਦਾ ਕਿ ਤੇਰਾ ਖੁਦ 'ਤੇ ਬੈਠਾ, ਕਦੇ ਮੈਨੂੰ ਲੱਗਦਾ ਮੈਂ ਅਗਲੀ ਸਟੇਜ 'ਚੋਂ ਆ ਕੇ ਪਰਫੋਰਮੈਂਸ ਦੇਣ ਆਊਗਾ। ਹਾਲੇ ਵੀ ਭੁਲੇਖੇ ਪੈਂਦੇ ਜੇ ਗੇਟ ਦੇ ਅੱਗੇ ਬਹਿਣਾ
जीपा कारा लंघ दी एक तक जो दो तीन कारा कट्ठी आदि मैं भुलेखा पैदा रहा ये सिद्धू की हो सकती है पर नहीं भुलेख है भावुक हो जाऊंगा। एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो, यूट्यूब चैनल सबसक्राइब करो ते इंस्टाग्राम पेज नू फॉलो करो।